ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਬਟਾਲਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਅਲਟੋ ਗੱਡੀ ਵਿੱਚ ਪਿੱਛੋਂ ਆ ਰਹੇ ਟਿੱਪਰ ਨੇ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਗੱਡੀ ਪੂਰੀ ਚਕਨਾਚੂਰ ਹੋ ਗਈ। ਇਸ ਹਾਦਸੇ ਵਿੱਚ ਪੂਰਾ ਪਰਿਵਾਰ ਜ਼ਖਮੀ ਹੋ ਗਿਆ, ਜਿਸ ਵਿੱਚ ਮਾਂ ਸਮੇਤ ਦੋ ਧੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਭਾਜੀ, ਅਸੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੇ ਗੱਡੀ ਸਲੋ ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵੱਜਾ ਵਾ। ਅਸੀਂ 15-20 ਕਿਲੋ ਆਪਣਾ ਫੁੱਟ ਅੱਗੇ ਗੱਡੀ ਰੇੜਦੀ ਗਈ, ਗੱਡੀ ਸਾਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਆ ਕੇ ਵਿੱਚੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚਿਆਂ ਨੂੰ ਫੜ ਲੱਗ ਗਏ, ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਲੇ ਤੇ ਲੱਗ ਗਈ ਦੀ ਸੱਟ, ਬੱਚਿਆਂ ਨੂੰ ਹਸਪਿਟਲ ਲੈ ਕੇ ਗਏ ਆ। ਹੁਣ ਅੱਗੇ ਉੱਥੇ ਜਾ ਕੇ ਵੇਖਦੇ ਆ ਕੀ ਹੋਇਆ ਹਲੇ। ਕਿੱਥੋਂ ਆ ਰਹੀ ਭਾਜੀ? ਅਸੀਂ ਵੀ ਜਾ ਰਹੇ, ਅਸੀਂ ਬਟਾਲੇ ਤੋਂ ਧਾਰੀਵਾਲ ਜਾ ਰਹੇ। ਠੀਕ ਆ ਜੀ, ਤੇ ਟਰੱਕ ਦੀ ਬੈਕ ਸੀ ਕਿੱਥੋਂ ਆਉਂਦੀ ਟਰੱਕ ਤੋਂ? ਅਸੀਂ ਟਰੱਕ ਸਾਡੇ ਪਿੱਛੋਂ ਆਣ ਕੇ ਵੱਜਾ ਸਾਡੀ ਗੱਡੀ ਤੇ ਨਾ ਗੱਡੀ ਸਾਡੀ ਪਲਟਦੀ ਰੇੜਦੀ ਅੱਗੇ ਗਈ ਆ। ਠੀਕ ਆ ਜੀ, 20-30 ਫੁੱਟ ਅੱਗੇ ਰੇੜਦੀ ਆਈ ਆ। ਗੱਡੀ 'ਚ ਕਿੰਨੇ ਜਾਣੇ ਦੇਖ ਸਕਦੇ ਜੇ? ਗੱਡੀ 'ਚ ਕਿੰਨੇ ਜਾਣੇ ਸੀ? ਗੱਡੀ 'ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਸੀ, ਨਾਲ ਸਾਰੀ ਸੀ ਤੇ ਇੱਕ ਗੁੜੀਆ ਮੇਰੀ ਸੀ ਤੇ ਦੋ ਗੁੜੀਆਂ ਉਹਦੀਆਂ ਸੀ ਤੇ ਨਾਲ ਮੇਰੀ ਘਰ ਦੀ ਸੀ। ਠੀਕ ਆ ਜੀ, ਬਾਕੀਆਂ ਨੇ ਬਚਾਈ ਸਾਰਿਆਂ ਦਾ? ਬਾਕੀ ਸਾਰਿਆਂ ਨੂੰ ਪਤਾ ਲੱਗਿਆ ਹੀ ਆ, ਮੈਂ ਹਸਪੀਟਲ ਗਏ ਹੈਗੇ ਸਾਰੇ। ਠੀਕ ਆ ਜੀ, ਤੇ ਟਰੱਕ ਡਰਾਈਵਰ? ਟਰੱਕ ਡਰਾਈਵਰ ਇੱਥੇ ਮੌਜੂਦਾ ਹੀ ਆ, ਮੇਰੇ ਵੀ ਸੱਟ ਲੱਗੀ ਹੈ ਨਾ, ਬਾਕੀ ਮੇਰੀ ਬਾਂਹ ਨੂੰ ਐਕਸਟਰਾ ਜਾ ਕਰਵਾਉਣਾ, ਹੁਣ ਬਲੀਡਿੰਗ ਹੋ ਰਹੀ, ਚਰਬੀ ਜੀ ਬਾਹਰ ਆ ਗਈ ਮੇਰੀ ਬਾਂਹ ਦੀ। ਠੀਕ ਹੈ, ਧੰਨ। ਮੇਰਾ ਨਾਮ ਜਗਿੰਦਰਪਾਲ। ਵੀਰ, ਐਕਸੀਡੈਂਟ ਕਿੱਦਾਂ ਹੋਇਆ ਵਾਲਾ? ਐਕਸੀਡੈਂਟ, ਮੇਰਾ ਬ੍ਰਦਰ ਗੱਡੀ ਚਲਾਉਣ ਡਿਆ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ, ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੋਟੀ ਦੀ, ਆ ਪਿੱਛੇ ਥੱਲੇ ਮਾਰੇ ਟਰੱਕ ਵਾਲੇ ਨੇ ਮਾਰੀ, ਵੇਖੋ ਬ੍ਰੇਕਾਂ ਉਹਦੀਆਂ ਕਰਾਸ ਹੋਈਆਂ, ਨਿੱਕੀ ਗੱਡੀ ਦੀ ਬ੍ਰੇਕ ਨਹੀਂ ਅੱਗੇ ਮਾਰੀ, ਐਵੇਂ ਕਈ ਜਾਣੇ ਬ੍ਰੇਕ ਮਾਰੀ ਉਹਨੇ, ਓਵਰਲੋਡ ਹੋਈ ਉਹਦੇ ਚਲਾ ਕੇ ਠੋਕਤੀ ਹੈ ਨਾ, ਆ ਸਾਰਿਆਂ ਦੇ ਹੈਂਡੇ ਜਿੰਨੇ ਉੱਥੇ ਪਬਲਿਕ ਹੈਗੇ ਸਾਰਿਆਂ ਨੇ ਵੇਖੋ। ਤੇ ਬਚਾਈ ਸਾਰੇ ਪਰਿਵਾਰ? ਬਚਾ ਨਹੀਂ ਹੈਗਾ, ਬੱਚੇ ਸਿਵਲ ਹਸਪੀਟਲ ਖੜੇ ਆ। ਕਿੰਨੇ ਚੀਜ਼ ਭਾਜੀ ਗੱਡੀ ਵਿੱਚ? ਗੱਡੀ ਦੇ ਦੋ ਬੱਚੇ ਹੀ, ਇੱਕ ਉਹਦੀ ਵਾਈਫ ਇੱਕ ਆਪ ਹੀ, ਦੋ ਪਰਿਵਾਰ ਹੋਸਪਿਟਲ ਹੈਗੇ ਆ। ਹੋਸਪਿਟਲ ਖੜੇ ਆ, ਕੋਈ ਜਾਨੀ ਨੁਕਸਾਨ ਹੋਇਆ ਸਰ? ਹੋਇਆ ਜੀ, ਹੁਣ ਉੱਥੇ ਪਤਾ ਲੱਗਣਾ ਵਾ ਨਾ, ਪ੍ਰਾਈਵੇਟ ਮੇਰੇ ਖਿਆਲ ਭੇਜ ਰਹੇ, ਪਤਾ ਨਹੀਂ ਹੁਣ ਉੱਥੇ ਜਾ ਕੇ ਵੇਖਣਾ ਹੀ ਤਾਂ ਹੋਣਾ ਆ ਪਿੱਛੋਂ ਘਰੋਂ, ਮੈਂ ਤਾਂ ਵੱਡਾ ਬ੍ਰਦਰ ਆ। ਠੀਕ ਹੈ ਸਰ, ਹਾਂਜੀ। ਆ ਗੱਡੀ ਦੇ ਵਿੱਚ ਲਿਆ ਕੇ ਮਾਰੇ, ਵੇਖੋ ਕਿੱਦਾਂ ਬ੍ਰੇਕਾ ਟਰੱਕ ਦੇ ਵਜੇ, ਗੱਡੀ ਦੀ ਇੱਕੋ ਨਹੀਂ ਬ੍ਰੇਕ ਲੱਗੀ ਦੀ ਕਿਤੇ। ਐਕਸੀਡੈਂਟ ਹੋਣ ਦਾ ਕਾਰਨ, ਕੋਈ ਅੱਗੇ ਜਾ ਰਿਹਾ ਸੀ, ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ, ਬ੍ਰੇਕ ਮਾਰਨ ਦੇ ਕਾਰਨ ਕੁਛ ਗੱਡੀ ਆ ਰਹੀ ਸੀ, ਗੱਡੀ ਵੱਜਣ ਨਾਲ ਗੱਡੀ ਪਲਟ ਗਈ। ਪਲਟਣ ਵਿੱਚ ਪਰਿਵਾਰ ਦੇ ਜੀ ਸੀ, ਜਫਰਾਲ ਤੇ ਧਾਰੀਵਾਲ ਦੇ ਰਹਿਣ ਵਾਲੇ, ਤੇ ਫੈਮਿਲੀ ਸੀ ਜਿਹੜੀ ਰਿਸ਼ਤੇਦਾਰਾਂ ਕੋਲ ਆ ਰਹੀ, ਤੇ ਜਾਨੀ ਬਚਾਇਆ, ਇਸ ਕਰਕੇ ਸਰਕਾਰੀ ਹਸਪਤਾਲ ਲਿਜਾਇਆ। ਸਰ, ਦੇਖ ਸਿੰਘ ਨਿਰਮਲ ਸਿੰਘ ਟਰੱਕ ਡਰਾਈਵਰ ਦਾ ਨਾਮ? ਹਾਂਜੀ ਹਾਂਜੀ। ਠੀਕ ਹੈ, ਤੇ ਘਰ ਵਾਲੇ ਦਾ ਕੋਈ? ਤਰਿੰਦਰਪਾਲ ਸਿੰਘ। ਤਰਿੰਦਰਪਾਲ, ਠੀਕ ਹੈ, ਓਕੇ ਸਰ, ਤੁਹਾਨੂੰ ਨਿਰਮਲ ਸਿੰਘ। ਕੀ ਕਾਰਨ ਰਿਹਾ ਜੀ ਐਕਸੀਡੈਂਟ ਹੋਇਆ, ਕੀ ਕਾਰਨ? ਕੋਈ ਨਹੀਂ ਵੀਰ ਜੀ, ਅੱਗੇ ਬ੍ਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗ ਗਈ ਨਾਲ। ਕਿਹੜੀ ਗੱਡੀ ਚਲਾ ਰਹੇ? ਟਿੱਪਰ ਚਲਾ ਰਹੇ। ਕਿੱਥੋਂ ਆ ਰਹੇ? ਹਾਂਜੀ, ਅੰਮ੍ਰਿਤਸਰ ਤੋਂ ਆ ਰਹੇ, ਖਾਲੀਗੜ੍ਹ। ਕੀ ਗੱਲ ਹੋਈ ਹੈ ਐਕਸੀਡੈਂਟ ਦਾ ਕਾਰਨ? ਅੱਗੇ ਕਾਰ ਦੀ ਬ੍ਰੇਕ ਵੱਜੀ ਹੈ ਤੇ ਪਿੱਛੋਂ ਗੱਡੀ। ਪਠਾਨਕੋਟ ਖਾਲੀ ਪਲੇਟ, ਉਹ ਵੀਰ ਜੀ ਨਾ ਟੁੱਟਾ ਵੇਖ ਲਓ ਭਾਈ, ਉਹ ਪਿੱਛੇ ਪਲੇਟ ਲੱਗੀ ਆ। ਇਹ ਸਾਡੇ ਕੋਲ ਜੀ 108 ਤੇ ਆਏ ਸੀ, ਐਂਬੂਲੈਂਸ ਲੈ ਕੇ ਆਈ ਸੀ, ਸਾਡੇ ਕੋਲ 3 ਪੇਸ਼ੈਂਟ ਸੀ, ਜਿਹਦੇ ਵਿੱਚ ਇੱਕ
ਫੀਮੇਲ ਪੇਸ਼ੈਂਟ ਸੀ ਅਤੇ ਦੋ ਬੱਚੀਆਂ ਸੀ, ਅਤੇ ਜਿਹੜੀ ਬੱਚੀ ਆ ਅਨਾਮਿਕਾ ਕੌਰ, ਅਨਾਮਿਕਾ ਉਸਦੇ ਜਿੱਦਾਂ ਉਹਦੇ ਸਿਮਟਮ ਵਗੈਰਾ ਲੱਗ ਰਹੇ ਸੀ, ਸਾਈਨ ਐਂਡ ਸਿਮਟਮ, ਉਹ ਤੋਂ ਮਤਲਬ ਉਹਦੇ ਸਿਰ 'ਚ ਸੱਟ ਹੈਗੀ ਸੀ ਅਤੇ ਉਹ ਥੋੜ੍ਹੀ ਸੁਸਤ ਵੀ ਸੀ, ਉਹਦੇ ਬਲੀਡਿੰਗ ਵੀ ਨੱਕ ਤੋਂ ਹੋ ਰਹੀ ਸੀ। ਉਹਨੂੰ ਜਿਹੜੀ ਫਸਟ ਏਡ ਦੇ ਕੇ ਉਹਨੂੰ ਸੀ ਟੀ ਸਕੈਨ ਲਈ ਮਤਲਬ ਕਿਹਾ ਗਿਆ ਹੈ, ਅਤੇ ਬਾਕੀ ਜਿਹੜੇ ਦੂਸਰੇ ਦੋ ਪੇਸ਼ੈਂਟ ਹੈ ਉਹਨਾਂ ਨੂੰ ਫਸਟ ਏਡ ਦਿੱਤੀ ਜਾ ਰਹੀ ਹੈ। ਜਦੋਂ ਤੱਕ ਸੀ ਟੀ ਦੀ ਰਿਪੋਰਟ ਨਹੀਂ ਆਉਂਦੀ ਜੀ ਉਹ ਅਨਾਮਿਕਾ ਪੇਸ਼ੈਂਟ ਦੀ, ਉਦੋਂ ਤੱਕ ਨਹੀਂ ਕਹਿ ਸਕਦੇ। ਸਮੇਂ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰਫ ਸੀਮਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ। ਲੇਕਿਨ ਰਸੂਲਪੁਰ ਵਿੱਚ
ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ NRI ਵੀਰ ਵੱਲੋਂ। ਉਹਨਾਂ ਨੇ ਜਿਹੜਾ ਆ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲ ਕੌਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਅੱਜ ਦੇ ਵਾਤਾਵਰਨ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ। ਆਹ ਜਿਹਦੇ ਕੋਲ ਆਪਾਂ ਖੜੇ ਹਾਂ ਇਹਨੂੰ ਅਸੀਂ ਕਹਿੰਦੇ ਹਾਂ ਜੀ 6 ਇੰਚੀ ਬਲੌਕ। ਅੱਛਾ ਜੀ। ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਇਹਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆਪਾਂ ਨੂੰ ਲਗਭਗ 3.5-4 ਟਨ ਕਵਰ ਕਰ ਜਾਂਦਾ ਇੱਕ ਬਲੌਕ। ਅੱਛਾ ਜੀ। ਹਾਂਜੀ। ਤੇ ਦੂਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਆਪਾਂ ਘਰ ਬਣਾ ਰਹੇ ਹਾਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰਜ਼ੀ ਪੈਸੇ ਲਾਉਂਦੇ ਹਾਂ 2 ਸਾਲ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਹਾਂ ਚਾਹੇ ਬਲੌਕ ਯੂਜ਼ ਕਰਦੇ ਹਾਂ ਇਹ 'ਚ ਕੋਈ ਇੱਦਾਂ ਦੀ ਦਿੱਕਤ ਨਹੀਂ ਹੈਗੀ ਅਤੇ ਦੂਸਰਾ ਇਹ ਆ ਕਿ ਆਪਣਾ ਇਹ 'ਚ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿੱਦਾਂ ਰੇਤਾ ਯੂਜ਼ ਕਰਦੇ ਹਾਂ ਆਪਾਂ ਜਾਂ ਸੀਮਿੰਟ ਯੂਜ਼ ਕਰਦੇ ਹਾਂ ਅਤੇ ਉਹ ਸਾਰਾ ਆਪਣਾ ਸੇਵ ਹੋਊਗਾ।